मैं ਉਹੀ ਪੁੱਛਣ ਕਰ ਰਿਹਾ ਨਾ ਕਬੂਤਰ ਤੁਸੀਂ ਮਤਲਬ ਕੀ ਟਾਈਮਿੰਗ ਹੁੰਦੀ ਕਬੂਤਰਾਂ ਦੇ ਕੱਟਣ ਦੀ ਬੱਚਿਆਂ ਦੀ ਜਾਂ ਵੱਡਿਆਂ ਦੀ ਉਹ ਜਿਹੜੇ ਕਬੂਤਰ ਨੇ ਨਾ ਵਿਕਾਰ ਇੱਕ ਕਬੂਤਰ ਲੈ ਕੇ ਆਏ ਫਿਰ ਜ਼ਰਾ ਸਹੀ ਸਮਝ ਆਏ ਦੀ ਮੈਂ ਅਲੀ ਭਾਈ ਜੋ ਮੈਂ ਜਿਸ ਤਰ੍ਹਾਂ ਮੈਂ ਕਰਨਾ ਚਾਹੇ ਸਹੀ ਹੈ ਚਾਹੇ ਗਲਤ ਹੈ ਬਿਲਕੁਲ ਹਰ ਆਪਣੇ ਦੀ ਆਪਣੀ ਥਿਉਰੀ ਹੈ ਆਪਣੀ ਥਿਉਰੀ ਹਰ ਬਿਲਕੁਲ ਜਿਸ ਤਰ੍ਹਾਂ ਮੈਂ ਆਪਣੇ ਉਸਤਾਦ ਕੋਲੋਂ ਸਿੱਖਿਆ ਜਾਂ ਮੈਂ ਆਪਣੇ ਉਸਤਾਦ ਨਾਲ مشورہ ਕਰਨਾ ਜਾਂ ਜਿਸ ਤਰ੍ਹਾਂ ਮੇਰਾ ਮਨ ਉਸਤਾਦ ਕਹਿੰਦਾ ਜੀ ਮੈਂ ਤੇ ਉਹੀ ਦੱਸ ਸਕਦਾ ਬੇਸ਼ੱਕ ਤੇ ਇਹ ਤੇ ਕੋਈ ਗੱਲ ਨਹੀਂ ਨਾ ਵੀ ਜਿਨ੍ਹਾਂ ਦੇ ਮੇਰਾ ਉਸਤਾਦ ਹੀ ਆ ਅਸੀਂ ਨਹੀਂ ਡਾਂਦੇ ਕਿਹਾ ਉਹਨਾਂ ਦੇ ਕਬੂਤਰ ਨਹੀਂ ਉੱਡਦੇ ਉਹਨਾਂ ਦੇ ਹਨੇਰਿਆਂ 'ਚ ਨਹੀਂ ਬਹਿੰਦੇ ਉਹਨਾਂ ਦੇ ਸ਼ਾਮੀ ਨਹੀਂ ਬਹਿੰਦੇ ਮਗਰ ਥੀਵਰੀ ਹਰ ਬੰਦੇ ਦੀ ਆਪਣੀ ਬੇਸ਼ੱਕ ਬੇਸ਼ੱਕ ਠੀਕ ਦੇਖੋ ਮਾਸ਼ਾਅੱਲਾ ਅਰਮੀਤ ਭਾਈ ਇਸ ਟਾਈਮ 100 ਪਲੱਸ ਬੰਦੇ ਨੇ ਤੇ ਜਦੋਂ ਦਾ ਅਸੀਂ ਲਾਈਵ ਸ਼ੁਰੂ ਕੀਤਾ ਸਾਡੇ ਨਾਲ ਉਸ ਟਾਈਮ ਮਾਸ਼ਾਅੱਲਾ ਖੜੇ ਨੇ ਮੁਸਲਸਲ ਤੁਹਾਡੀ ਗੁਫ਼ਤਗੂ ਸੁਣ ਰਹੀ ਮਿਹਰਬਾਨੀ ਭਾਈਆਂ ਦੀ ਮੈਨੂੰ ਉਮੀਦ ਹੈ ਕਿ ਸਭ ਦੋਸਤਾਂ ਨੂੰ ਤੁਹਾਡਾ ਇੰਟਰਵਿਊ ਬੜਾ ਪਸੰਦ ਆ ਰਿਹਾ ਤੇ ਦੋਸਤੋ ਸ਼ੇਅਰ ਵੀ ਕਰ ਰਹੇ ਨੇ ਮੇਰੇ ਖਿਆਲ ਤੇ ਸ਼ੇਅਰ ਵੀ ਕਰਨਗੇ ਤੇ ਬੜਾ ਅੱਛਾ ਇੰਟਰਵਿਊ ਹੋ ਰਿਹਾ ਅੱਜ ਬੜਾ ਮਜ਼ਾ ਆ ਰਿਹਾ ਤੁਹਾਡੀ ਗੱਲਾਂ ਦਾ ਬਹੁਤ ਬਹੁਤ ਸ਼ੁਕਰੀਆ ਜਨਾਬ ਸਾਰਿਆਂ ਭਾਈਆਂ ਦਾ ਅੱਛਾ ਇੱਕ ਬੱਚੇ ਦੀ ਜਦੋਂ ਮਤਲਬ ਬਾਦੀਆਂ ਬੱਚਿਆਂ ਦੀ ਆਉਂਦੀ ਉਹ ਤੁਸੀਂ ਬੱਚੇ ਹੀ ਬੱਚਿਆਂ ਨੂੰ ਕਿਸ ਤਰ੍ਹਾਂ ਲਗਾਉਣਾ ਚਾਹੀਦਾ ਜਾਂ ਬੱਚਿਆਂ ਨੂੰ ਹੀ ਕੱਟ ਦੇਣਾ ਚਾਹੀਦਾ ਲਾਈਟਾਂ ਬੱਚਿਆਂ ਦੀ ਤੇ ਕਬੂਤਰਾਂ ਦੀ ਥਿਵਰੀ ਸਾਡੀ ਇੱਕ ਹੀ ਹੈ ਜਿਸ ਤਰ੍ਹਾਂ ਠੀਕ ਕਬੂਤਰ ਆਏ ਦੇ ਨੇ ਉਸ ਤਰ੍ਹਾਂ ਬੱਚੇ ਠੀਕ ਆ ਦੇਖਦੇ ਹੋ ਕਿ ਸਹੀ ਨਜ਼ਰ ਆ ਰਹੇ ਹਾਂਜੀ ਕੈਮਰੇ ਦੇ ਅੱਗੇ ਕਰੋ ਬਸ ਥੋੜਾ ਜਿਹਾ ਇਹ ਐਤੀ ਦੇਖੋ ਇਹਨਾਂ ਦੀਆਂ ਚਾਰ ਚਾਰ ਵਾਲੀਆਂ ਬਾਹਰਲੀਆਂ ਹੈਗੇ ਮੁਕੰਮਲ ਨਹੀਂ ਹੋਈਆਂ ਕੱਚੀਆਂ ਨੇ ਜੀ ਜੀ ਬਿਲਕੁਲ ਠੀਕ ਹੈ ਬਿਲਕੁਲ ਤੇ ਮੈਂ ਇਹਨਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਲਿਆ ਉਹਨੂੰ ਦਾਣਾ 7:30-8 ਵਜੇ 8:30 ਵਜੇ ਤੱਕ ਖਾਂਦੇ ਨੇ ਇਹਨਾਂ ਦੀਆਂ ਜਿੰਨੇ ਚਿਰ ਜਾ ਕੇ ਮੁਕੰਮਲ ਹੋਣੀਆਂ ਨੇ ਨਾ ਇੱਛਰਾਂ ਨੂੰ ਇਹਨਾਂ ਨੇ ਵੀ ਰਵਾ ਹੋ ਜਾਣਾ ਕਰੀਸ਼ ਸਰੀਰ 'ਚ ਵੀ ਸਾਫ਼ ਕਰ ਦੇਣਾ ਯਾਨੀ ਕਿ ਕਿਹੜੇ ਸ਼ਰੀਰ ਹੀ ਨਹੀਂ ਇਹ ਜਿਸ ਟਾਈਮ ਫਿਰ ਰਵਾ ਹੋ ਜਾਣਗੇ ਫਿਰ ਮੈਂ ਕੀ ਕਰਾਂਗਾ ਕਿ ਮੈਂ 4 ਵਜੇ ਕਹਿ ਲਓ ਕਿ 4 ਦਾ ਟਾਈਮ ਰੱਖ ਲਵਾਂਗਾ 4 ਵਜੇ ਮੈਂ ਪੱਲਾ ਮਾਰਾਂ ਕਰਾਂਗਾ ਉਹਨਾਂ ਦੇ ਵਿੱਚੋਂ ਜਿਹੜੇ ਕਬੂਤਰ ਉੱਪਰ ਜਾਣਗੇ ਹਨੇਰਿਆਂ 'ਤੇ ਜਾਣਗੇ ਉਹਨਾਂ ਨੂੰ ਮੈਂ ਆਪਣੇ ਜ਼ਿਹਨ 'ਚ ਫੋਕਸ ਕਰ ਲਵਾਂਗਾ ਕਿ ਇਹ ਕਬੂਤਰ ਮੇਰੇ ਹਨੇਰਿਆਂ 'ਚ ਜਾ ਕੇ ਬਹਿਣ ਲੱਗ ਪਏ ਫਿਰ ਮੈਂ ਜਿਹੜੇ ਦੂਜੇ ਹੈਗੇ ਮੁਕੰਮਲ ਹਨੇਰੇ 'ਤੇ ਨਹੀਂ ਨਾ ਲੱਗ ਲਿਆ ਹੋ ਰਿਹਾ ਉਹਨਾਂ ਨੂੰ ਉਸ ਦਿਨ ਨਹੀਂ ਡਾ ਲਿਆ ਜਿਹੜੇ ਮੁਕੰਮਲ ਲੱਗੇ ਹੋਣ ਤਾਂ ਸਿਰਫ ਉਹ ਹੀ ਉਡਾਵਾਂਗਾ 10 ਛੱਡਾਂ 15 ਛੱਡਾਂ 20 ਛੱਡਾਂ ਉਹ ਹੀ ਉਡਾਵਾਂਗਾ ਉਹ ਬਹਿਣਗੇ ਜਿਸ ਟਾਈਮ ਅਗਲੇ ਦਿਨ ਅੱਗੋਂ ਜਿਹੜੇ ਮੁਕੰਮਲ ਨਹੀਂ ਨਾ ਹੋਏ ਹਨੇਰਿਆਂ 'ਤੇ ਪਾਕਟ ਨਹੀਂ ਹੋਏ ਉਹ ਛੱਡਾਂਗਾ ਫਿਰ ਉਹਨਾਂ 'ਚ ਵੀ ਫੋਕਸ ਕਰਾਂਗਾ ਕਿ ਇਹਨਾਂ ਦੇ ਵਿੱਚੋਂ ਹਨੇਰੇ 'ਤੇ ਕਿਹੜਾ ਕਿਹੜਾ ਲੱਗ ਗਿਆ ਕਿਹੜਾ ਲਾਈਟਾਂ 'ਤੇ ਬੈਠ ਰਿਹਾ ਉਹਨੂੰ ਵੀ ਉਹਨਾਂ ਦੇ ਨਾਲ ਲਾ ਲਾਂਗਾ ਮੇਰੀ ਤਿਆਰੀ ਰੱਖੀ ਬੜੀ ਵੱਡੀ ਟਿਪਸ ਲੋ ਦੋਸਤੋ ਇੱਕ ਜਿਹੜਾ ਅਸਲ ਮਕਸਦ ਸੀ ਮੇਰਾ ਅਰਮੀਤ ਭਈਆ ਨਾਲ ਵਾਲਾ ਕੁਛ ਮੇਰੇ ਵਾਸਤੇ ਵੀ ਗਾਈਡ ਸੀ ਕੋਈ ਨਿਊ ਕਮਰ ਮੇਰੇ ਅਰਕੇ ਬੜੇ ਭਰਾ ਸੀ ਵਿਚਾਰੇ ਲਾਈਟਾਂ ਤੋਂ ਬੜੀ ਅੱਛੀ ਥਿਊਰੀ ਦਿੱਤੀ ਅਗਰ ਦੋਸਤ ਚਾਹਣ ਇਹਨੂੰ ਕਰ ਸਕਦੇ ਨੇ ਅਗਰ ਕੋਈ ਦੋਸਤ ਨਾ ਚਾਹੇ ਉਹਦੀ ਆਪਣੀ ਮਰਜ਼ੀ ਲੇਕਿਨ ਬਹੁਤ ਅੱਛਾ ਟਿਪਸ ਦਿੱਤਾ ਅਰਮੀਤ ਭਾਈ ਦਾ ਬਹੁਤ ਸ਼ੁਕਰੀਆ ਅਤੇ ਇਸ ਤੋਂ ਬਾਅਦ ਮਸ਼ਾਅੱਲਾ ਅਰਮੀਤ ਭਾਈ ਦਾ ਇੱਕ ਬੜੀ ਅੱਛੀ ਗੱਲ ਕੀਤੀ ਜਦੋਂ ਕਬੂਤਰ ਲੈਸ ਹੋ ਰਹੇ ਹੋਣ ਘੱਟੂ ਹੋਣ ਥੋੜ੍ਹੇ ਕਬੂਤਰ ਤੁਸੀਂ ਬਾਹਰ ਕੱਢਣਾ ਸ਼ੁਰੂ ਕਰ ਦਿਉ ਇਹ ਨਾ ਮਤਲਬ ਕਬੂਤਰ ਥੋੜ੍ਹਾ ਲਾਈਟਿੰਗ ਦੇਖ ਲੈਂਦਾ ਆਪਣਾ ਜ਼ੇਨ ਬਣਾ ਜਾਂਦਾ ਵਾ ਚਾਹੀ ਸਮਝੋ ਤੁਸੀਂ ਕਿ ਜਿਸ ਤਰ੍ਹਾਂ ਬੰਨ ਕੇ ਕੱਢੇ ਨੇ ਬੰਨ ਕੇ ਕੱਢੇ ਨੇ ਉਹ ਹਿਸਾਬ ਹੋ ਜਾਂਦਾ ਬਿਲਕੁਲ ਬੰਨੇ ਵਾਲਾ ਹਿਸਾਬ ਹੋ ਜਾਂਦਾ ਕਬੂਤਰ ਨੀਚੋਂ ਉੱਪਰ ਆਪਣੇ ਡਰਦਾ ਨਹੀਂ ਉੱਡਦਾ ਬੈਠਦਾ ਵਾ ਫਿਰ ਠੀਕ ਹੋ ਗਿਆ ਔਰ ਦੂਸਰਾ ਦੇਖੋ ਅਰਮੀਤ ਭਾਈ ਤੁਸੀਂ ਲਾਈਟਾਂ ਦਾ ਬੜਾ ਰਿਸਕ ਲੈਂਦੇ ਹੋ ਅੱਗੇ ਮੈਨੂੰ ਦੱਸ ਰਹੇ ਸੀ ਕਿ ਲਈ ਭਾਈ ਇਸ ਮੌਸਮ 'ਚ ਮੈਂ ਕਬੂਤਰ ਬਾਹਰ ਛੱਡਦਾ ਵਾਂ ਉਹਨੂੰ ਉੱਲੂ ਵੀ ਅਕਸਰ ਪਕੜ ਕੇ ਲਾਈ ਜਾਂਦਾ ਫਿਰ ਮੈਂ ਇੱਕ ਟਾਈਮ ਦਿਨ ਟਾਈਮ ਵੀ ਆਇਆ ਸੀ ਉਸ ਸਮੇਂ ਬੜੇ ਕੋਲ ਲੱਗਣ ਤੁਹਾਡੇ ਜਾਲ 'ਤੇ ਪਏ ਕਬੂਤਰ ਉੜੇ ਨੇ ਤੇ ਉਹ ਕੀ ਲੱਗਣ ਦਾ ਕਿਸ ਤਰ੍ਹਾਂ ਕੀ ਤੁਹਾਨੂੰ ਮੁਸ਼ਕਲਾਂ ਅਲੀ ਭਾਈ ਸਾਡੇ ਨਾਲ ਸਾਰਾ ਪਹਾੜੀ ਇਲਾਕਾ ਹੈ ਤੇ ਜਿਹੜੀ ਜਦੋਂ ਪਰਿੰਦਾ ਜਿਹੜਾ ਰੂਸ ਏਸ਼ੀਆ 'ਚੋਂ ਆਉਂਦੇ ਨਾ ਕਿ ਪਰਿੰਦੇ ਆਉਂਦੇ ਨੇ ਉਹ ਵੀ ਮੇਰੇ ਖਿਆਲ ਨਾਲ ਹੈ ਸਾਡਾ ਉਹਨਾਂ ਦਾ ਕਹਿ ਲਓ ਕਿ ਜ਼ਰੀਆ ਹੈ ਇੱਧਰੋਂ ਹੀ ਆਉਣਾ ਅਤੇ ਇੱਧਰੋਂ ਹੀ ਜਾਣਾ ਜੀ ਇੱਧਰੋਂ ਹੀ ਆਉਣਾ ਅਤੇ ਇੱਧਰੋਂ ਹੀ ਜਾਣਾ ਅਤੇ ਇੱਥੇ ਲੱਗੜ ਬਹੁਤ ਜ਼ਿਆਦਾ ਇਹ ਜ਼ਹਿਨ ਬੈਠੇ ਆ ਵੀ ਇੱਥੇ ਤਕਰੀਬਨ ਕੜੀਆਂ ਸਾਡੇ ਬੜਾ ਵੱਡਾ ਸ਼ੌਕ ਹੁੰਦਾ ਹਰ ਫੜਕ ਦਾ ਹੁੰਦਾ ਮੋਟਰਸਾਈਕਲ ਵੀ ਹੁੰਦਾ ਮੇਰੇ ਇਹਨਾਂ ਦੇ ਪਿੰਡੂ ਮੁਨਸਫ ਆਏ ਸੀ ਇੱਕ ਬਲਕਿ ਇੱਕ ਮੁਨਸਫ ਆਉਂਦਾ ਸੀ ਨਾਲ ਅਤੇ ਇੱਕ ਛੱਤ ਮਾਲਕ ਸੀ ਉਹ ਚਾਚੂ ਦਾ ਨਾਂ ਕੀ ਸੀ ਨਹੀਂ ਨਹੀਂ ਚਾਚੂ ਫੌਜੀ ਤਾਂ ਮੁਨਸਫ ਆਉਂਦਾ ਸੀ ਜਿਹੜੇ ਮੋਟੇ ਜਿਹੇ ਆਉਂਦੇ ਜਿਨ੍ਹਾਂ ਦਾ ਮੁੰਡਾ ਸੋਜੀਆ ਹੁੰਦਾ ਕੰਮ ਕਰਦਾ ਚੱਕੀ ਵਾਲਿਆਂ ਦਾ ਸ਼ੌਕਤ ਦਾ ਭਾਈ ਸ਼ੌਕਤ ਦੇ ਭਾਈ ਦਾ ਉਹ ਆਉਂਦੇ ਸੀ ਅਤੇ ਉਹ ਇੰਨੇ ਮਤਲਬ ਸਾਡੀ ਗੇਮ ਦੇ ਪਸੰਦ ਕਰਦੇ ਸੀ ਉਹ ਵੈਸੇ ਹੀ ਨਾਲ ਆ ਜਾਂਦੇ ਸੀ ਸ਼ੌਕ ਦੇਖਣ ਤੁਹਾਡਾ ਸ਼ੌਕ ਦੇਖਣ ਆ ਜਾਂਦੇ ਸੀ ਸਾਡਾ ਉਹਨਾਂ ਨੂੰ ਕਬੂਤਰਾਂ ਦਾ ਕੌਣ ਨਹੀਂ ਸੀ ਐਡਾ ਸ਼ੌਕ ਹੈ ਜਿਸ ਟਾਈਮ ਆ ਜਾਂਦੇ ਸੀ ਦੇਖਣ ਅਤੇ ਇੱਕ ਦਿਨ ਇੱਕ ਕਬੂਤਰ ਸਾਡਾ ਲੱਗੜ ਫੜ ਕੇ ਖੜਿਆ ਅਤੇ ਉਹ ਮੈਂ ਗਿਆ ਅਤੇ ਕਬੂਤਰ ਲੈ ਕੇ ਆਇਆ ਮਰ ਗਿਆ ਦੂਜਾ ਲੈ ਕੇ ਗਿਆ ਦੂਜਾ ਵੀ ਮੈਂ ਲੈ ਕੇ ਆਇਆ ਮਰ ਗਿਆ ਅਤੇ ਤੀਸਰਾ ਬੈਰ ਨੇ ਫੜ ਲਿਆ ਅਤੇ ਉਹ ਥੱਲੇ ਲੰਮੇ ਪਏ ਅਤੇ ਮੈਨੂੰ ਵੇਖ ਕੇ ਨਾ ਅਤੇ ਬੜਾ ਜਿਸ ਤਰ੍ਹਾਂ ਕਿ ਫੋਤਕੀ ਵਾਲੇ ਘਰ ਨਹੀਂ ਆਇਆ ਹੁੰਦਾ ਬੰਦਾ ਬੜਾ ਅਫਸੋਸ ਕਰਕੇ ਨਾ ਕਿ ਉਹਨਾਂ ਦੇ ਦਿਲ ਨੂੰ ਇੰਨੀ ਦੁੱਖ ਹੋਇਆ ਕਿ ਯਾਰ ਬੜੀ ਗੇਮ ਬਣੀ ਵੀ ਬੇਟਾ ਕੋਈ ਮਸਲਾ ਨਹੀਂ ਬੜੀ ਹਿੰਮਤ ਹੈ ਤੇਰੀ ਅਤੇ ਤੂੰ ਬੜਾ ਮੇਰੇ ਨਜ਼ਰਾਂ 'ਚ ਦਲੇਰ ਹੈ ਕਿ ਤੇਰੇ ਨਾਲ ਇਸ ਤਰ੍ਹਾਂ ਵੀ ਪਿਆ ਹੁੰਦਾ ਅਤੇ ਤੂੰ ਫਿਰ ਵੀ ਹੱਸਣਾ ਹੀ ਪਿਆ
ਤੇ ਸਾਡੇ ਨਾਲ ਹੋਵੇ ਤਾਂ ਅਸੀਂ ਤਾਂ ਕਬੂਤਰ ਹੀ ਛੱਡ ਦਈਏ। ਬਿਲਕੁਲ ਛੱਡ ਦਈਏ, ਤੇ ਕੋਈ ਚਾਹਤ ਵਾਲਾ ਕਬੂਤਰ ਕੋਈ ਲਗਣ ਲੈ ਜਾਏ ਤੇ ਇਨਸਾਨ ਦੀ ਕਬੂਤਰ ਵਿੱਚ ਦਿਲ ਹੀ ਕਰਦਾ ਕਿ ਬੰਦਾ ਵੈਂਡ ਅਪ ਕਰ ਦੇ। ਇੱਥੇ ਬਾਜ਼ੀਆਂ ਦੇ ਵਿੱਚ ਜਨਾਬ ਕੋਈ ਐਸੀ ਫੜਕ ਨਹੀਂ ਜਿਸ ਦਿਨ ਸਾਡੇ ਮੁਕੰਮਲ ਕਬੂਤਰ ਬੈਠੇ ਹੋਣ। ਉਹਦੀ ਵਜ੍ਹਾ ਲਗਣ ਬੈ। ਅੱਛਾ, ਉਦਾਂ ਤੁਹਾਡਾ ਕਬੂਤਰ ਨਹੀਂ ਜ਼ਾਇਆ ਹੋਇਆ, ਉੱਪਰੋਂ ਨਿਕਲੇ ਜ਼ਰੂਰ ਆ, ਲਗਣ ਲੈ ਗਿਆ। ਲਗਣ ਲੈ ਗਿਆ। ਉਹ ਕਿਸ ਤਰ੍ਹਾਂ ਅੰਧੇਰੇ 'ਚ ਲੈ ਜਾਂਦਾ ਜਾਂ ਕੀ? ਇਹ ਅੱਗੇ ਤਾਂ ਲਗੜ ਹੁੰਦਾ ਸੀ ਕਿ ਇੱਥੇ ਮੈਦਾਨ ਦੇ ਵਿੱਚ ਹੀ ਪੈਂਦੇ ਹੁੰਦੇ ਸੀ, ਛੂਟ ਮਾਰਦੇ ਸੀ, ਅਗਰ ਕਬੂਤਰ ਪਕੜ ਲਿਆ ਤਾਂ ਠੀਕ ਹੈ, ਨਹੀਂ ਤਾਂ ਨਿਕਲ ਜਾਣਾ। ਹੁਣ ਐਸੇ ਲਗੜ ਆਏ ਨੇ ਜਿਸ ਤਰ੍ਹਾਂ ਬਹਿਰੀ ਨਹੀਂ ਮਗਰ ਲੱਗਦੀ, ਇੰਝ ਮਗਰ ਲੱਗ ਜਾਂਦੇ ਨੇ ਤਾਂ ਹੋਰ ਜ਼ੀਰੋ ਹਾਈਟ 'ਚ ਵੀ ਪੈਂਦੇ ਨੇ। ਓਏ ਹੋਏ ਹੋਏ ਹੋਏ, ਯਾਨੀ ਕਿ ਕਬੂਤਰ ਇੱਥੇ ਉੱਡ ਰਿਹਾ ਨਾ ਤਾਂ ਕੀ ਪਤਾ ਦੇਖ ਰਿਹਾ ਉੱਤੋਂ ਜ਼ੀਰੋ ਦੇ ਵਿੱਚੋਂ ਬੜੀ ਦੂਰ ਦੇ ਵਿੱਚੋਂ ਆ ਕੇ ਤੈਨੂੰ ਜਿਸ ਟਾਈਮ ਆ ਕੇ ਕਬੂਤਰ ਫੜਿਆ ਤਾਂ ਫਿਰ ਪਤਾ ਲੱਗਿਆ ਲੱਗਦਾ ਇੱਥੇ ਬੜੀ ਹਾਰਡ ਕਬੂਤਰ ਆ। ਕੋਈ ਉਸਤਾਦ ਜਿਹੜੇ ਬਾਕੀ ਸ਼ਹਿਰਾਂ ਦੇ ਇੱਥੇ ਆ ਕੇ ਉਡਾ ਕੇ ਗਏ ਨੇ ਨਾ, ਕਿਰੇ ਇਤਫਾਕ ਹੋਇਆ ਤਾਂ ਉਹਨਾਂ ਕੋਲ ਵੀ ਪੁੱਛਿਓ ਕਿ ਸਾਡੇ ਏਰੀਏ ਦੀ ਕਬੂਤਰਬਾਜ਼ੀ ਜਿਹੜੀ ਉਹ ਕਿੰਨੀ ਮੁਸ਼ਕਲ ਆ। ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ, ਇੱਕ ਮੈਂ ਦਿਨ ਟਾਈਮ ਵੀ ਮਤਲਬ ਤੁਹਾਡੀ ਛੱਤ 'ਤੇ ਆਇਆ, ਫਿਰ ਜ਼ੱਗਰ ਗੁਜਰਾਤ ਮੇਰੇ ਕਾਫੀ ਰਾਬਤੇ ਨੇ ਮਤਲਬ ਸਭ ਤੋਂ ਹਾਰਡ ਔਰ ਸਭ ਤੋਂ ਜਿਹੜੀ ਬਹੁਤ ਬਹੁਤ ਸਖਤ ਕਬੂਤਰਬਾਜ਼ੀ ਉਹ ਖਲੀਫਾ ਰਮੀਜ਼ ਭੱਟੀ ਦੀ ਮੇਰੇ ਹਿਸਾਬ ਨਾਲ ਗਿਣੀ ਜਾਏਗੀ ਪੰਜਾਬ 'ਚ, ਬਾਕੀ ਮੈਂ ਨਹੀਂ ਫਿਰਿਆ ਕੋਈ। ਲੇਕਿਨ ਉਹਦੀ ਵਜ੍ਹਾ ਦੇਖੋ, ਚਾਰੋਂ ਸਾਈਡ ਦਰਖਤ ਨੇ, ਇੱਕ ਛੱਤ ਜੰਗਲ ਦੇ ਵਿੱਚ ਆ, ਕਬੂਤਰ ਲੋਕ ਕਹਿ ਤਾਂ ਦਿੰਦੇ ਨੇ ਛੱਤ ਸਾਈਡ 'ਤੇ ਕਬੂਤਰ ਅੰਧੇਰੇ 'ਚ ਬੈਠ ਜਾਂਦਾ, ਮਸਲਾ ਹੀ ਕੋਈ ਨਹੀਂ। ਲੇਕਿਨ ਜਿਹੜੇ ਮਸਲੇ ਤੁਹਾਨੂੰ ਪੇਸ਼ ਆਉਂਦੇ ਨੇ ਉਹ ਤੁਸੀਂ ਜਾਣਦੇ ਹੋ ਜਾਂ ਅੱਲਾ ਜਾਂਦਾ ਜਾਂ ਤੁਹਾਡੇ ਨਾਲ ਜੁੜੇ ਬੰਦੇ ਜਾਣਦੇ ਨੇ। ਬਿਲਕੁਲ ਕੋਈ ਸ਼ੱਕ ਨਹੀਂ ਅਲੀ ਬਾਈ, ਠੀਕ ਹੈ ਨਾ? ਤੁਸੀਂ ਇੱਕ ਉਹ ਤੁਹਾਡੀ ਜਾਨੋ ਮਾਦੀ ਬੜੀ ਮਸ਼ਹੂਰ ਹੋਈ ਸੀ, ਮੈਂ ਵੀ ਉਹਦਾ ਜਾਨੋ ਦਾ ਫੈਨ ਸੀ, ਮੈਂ ਤੁਹਾਡੇ ਆਪਦੇ ਨਾਲ ਜ਼ਿਕਰ ਵੀ ਕੀਤਾ, ਤੁਸੀਂ ਕਹਿ ਲਈ ਵੀ ਬਾਜ਼ੀ 'ਚ ਨਹੀਂ ਪਈ, ਉਹ ਲਗਣ ਮਾਰ ਗਿਆ। ਹੁਣ ਚੇਂਜ ਹੋ ਗਈ, ਜ਼ਖਮੀ ਹੋ ਗਈ ਸੀ, ਸ਼ੋਅ ਕਰਾ ਦਿੰਦੇ ਅਲੀ ਬਾਈ ਤੁਹਾਨੂੰ। ਇਹ 3 ਕੁ ਦਿਨ ਰਹਿ ਗਏ ਸੀ ਬਾਜ਼ੀ ਨੂੰ। ਅੱਛਾ, ਅਤੇ ਇਹ ਲਗਣ ਨੇ ਸੱਟ ਮਾਰੀ ਸੀ, ਅੱਗੋਂ ਬਚ ਗਈ ਸੀ ਅਤੇ ਸਾਰੀ ਜ਼ਖਮੀ ਹੋ ਗਈ ਸੀ, ਫਿਰ ਉਹਦੀ ਵਜ੍ਹਾ ਤੋਂ ਨਹੀਂ ਸੀ ਉਡਾਈ, ਮਾਸ਼ਾਅੱਲਾ ਫਿਰ ਤਿਆਰ ਹੋ ਗਈ। ਇਨਸ਼ਾਅੱਲਾ ਇਨਸ਼ਾਅੱਲਾ ਕਿ ਕੰਮ ਆਈ। ਰਮੀਤ ਭਾਈ, ਜਿੱਦਾਂ ਤੁਸੀਂ ਮਤਲਬ ਦੇਖੋ ਤੁਹਾਨੂੰ ਜਿਸ ਤਰ੍ਹਾਂ ਲਗੜ ਡਿਸਟਰਬ ਕਰਦਾ, ਕੋਈ ਲਗੜ ਦੇ ਕੋਈ ਨਿਸ਼ਾਨ ਜੀ ਤੋਂ ਮਤਲਬ ਟਾਂਕੇ ਸ਼ਾਂਕੇ ਕੋਈ ਨਜ਼ਰ ਆਉਣ, ਕੋਈ ਜ਼ਖਮ ਜ਼ੁਖਮ ਤਾਂ ਦੋਸਤਾਂ ਨੂੰ ਵਿਖਾ ਚੁੱਕੀ ਅਸੀਂ? ਕਰੀਜ ਪੈ ਗਈ ਹੋਵੇ ਜੀ, ਨਹੀਂ ਉਹ ਨਜ਼ਰ ਹਲਦੀ ਲੱਗੀ ਨਾ? ਨਹੀਂ ਨਹੀਂ, ਰੰਗ ਜ਼ਖਮੀ ਹੋਈ ਸੀ। ਕਬੂਤਰ ਤਾਂ ਅਸਲ 'ਚ ਮੈਂ ਦੇਖਿਆ ਜੇ ਕਬੂਤਰਾਂ ਦੇ ਤੁਹਾਡੇ ਵੀ ਕੋਈ ਕੋਈ ਕਬੂਤਰ ਵੀ ਜ਼ਖਮੀ ਹੋਇਆ ਹੋਵੇਗਾ ਨਾ, ਜਿਸ ਟਾਈਮ ਕੋਈ ਮਹੀਨਾ ਡੇਢ ਉਹਨੂੰ ਗੁਜ਼ਰ ਜਾਏਗਾ, ਰੈਸਟ ਮਿਲ ਜਾਏਗੀ, ਉਹ ਖਤਮ ਹੋ ਜਾਏਗਾ ਕਬੂਤਰਾਂ 'ਚ ਮੇਰੇ ਖਿਆਲ ਨਾਲ। ਖਰੀਨ ਚੀਨ ਮਤਲਬ ਲਾ ਲਓ, ਮਤਲਬ ਖਰਮ ਹੋ ਜਾਂਦਾ ਜਾਨਵਰ 'ਚ, ਅੱਲਾ ਕੋਈ ਚੀਜ਼ ਵੀ ਨਾ ਲਾਓ ਤੁਸੀਂ, ਖਾਲੀ ਹਲਦੀ ਲਾ ਦਿਓ ਨਾ, ਕੋਈ ਸ਼ੈ ਲਾ ਦਿਓ, ਤੋ ਕਬੂਤਰ ਦੇ ਜਿਸਮ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਕੁਆਲਿਟੀ ਹੈ ਕਿ ਬਾਅਦ 'ਚ ਤੁਸੀਂ ਉਹ ਦੇਖੋ ਉਹਦੀ ਤੋਂ ਤੁਹਾਨੂੰ ਨਜ਼ਰ ਨਹੀਂ ਆ ਵਾਲੀ ਹੈ ਕਿ ਆਪਣੇ ਲੈ ਮਤਲਬ ਅੱਲਾ ਪਾਕ ਨੂੰ ਇੱਕ ਅਸਲੀ ਤੇ ਪਾਈ ਜਾਂਦੀ ਪਰਿੰਦਿਆਂ 'ਚ, ਜਾਨੂ ਮਾਦੀ ਹੈ ਲੋ ਦੋਸਤ ਲਿਆ, ਬਿਲਕੁਲ ਬਿਲਕੁਲ ਕੈਮਰੇ 'ਚ ਲੈਣਾ, ਕੈਮਰੇ 'ਚ ਲੈਣਾ, ਬਿਲਕੁਲ ਸਿੱਧੀ ਸਿੱਧੀ ਹੋਰ ਅਗਲੇ ਹੋ ਇਹਦੇ ਬਿਲਕੁਲ ਛੱਡੋ ਦੋਸਤੋ। ਇਹ ਮਾਸ਼ਾਅੱਲਾ ਰਮੀਤ ਭਾਈ ਦੀ ਬੜੀ ਜਾਨੋ ਮਾਦੀ, ਜਿਹਦਾ ਮੈਂ ਵੀ ਫੈਨ ਹਾਂ, ਬਹੁਤ ਅੱਛੀ ਮਾਦੀ ਮਾਸ਼ਾਅੱਲਾ, ਅਤੇ ਇਸ ਮਾਦੀ ਦੀ ਇਸ ਛੱਤ 'ਤੇ ਬੜੀ ਰਿਕਾਰਡਡ ਪਰਵਾਜ਼ਾਂ ਨੇ, ਇਸ ਮਾਦੀ ਦੀ ਮਾਸ਼ਾਅੱਲਾ ਬੜੀ ਰਿਕਾਰਡਡ ਪਰਵਾਜ਼ਾਂ ਨੇ। ਅਗਰ ਦੇਖਣਾ ਜੇ ਤੇ ਜ਼ੈਨ ਨੂੰ ਦਿਓ, ਜ਼ੈਨ ਤੇ ਤੁਹਾਡੇ ਨਾਲ ਹੀ ਆਇਆ ਨੂੰ ਕਹੋ ਕਿ ਜਾ ਕੇ ਉਹ ਪਿੰਡੂ ਛੱਡ ਦੇ। ਹਾਏ 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 ਹਾਏ, ਵਾਪਸ ਆ ਜਾਏਗੀ, ਆਏਗੀ ਕਿ ਵਾਪਸ ਘਰ ਆਏਗੀ? ਹਾਏ 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 ਹਾਏ, ਰਮੀਤ ਬਾਈ ਕਹਿ ਰਹੇ ਨੇ ਜੀ ਦੇ ਮਾਦੀ ਜ਼ੈਨ ਬਾਈ ਨੇ ਮੇਰੇ ਨਾਲ ਆਏ ਨੇ, ਤੁਹਾਨੂੰ ਕਹਿੰਦੇ ਲੈ ਜਾਓ ਮਾਦੀ ਜਾਣ ਲੈ ਕੇ ਪਿੰਡੋ ਛੱਡ ਦੇਣਾ ਅਤੇ ਮੈਂ ਮਾਦੀ ਤੁਹਾਨੂੰ ਵਾਪਸ ਦਿਖਾ ਦਿਆਂਗੇ। ਇਤਨਾ ਕੌਨਫੀਡੈਂਸ ਮਾਦੀ ਦੇ ਉੱਪਰ, ਔਰ ਇਸ ਮਾਦੀ ਦੇ ਮਾਸ਼ਾਅੱਲਾ ਸ਼ੌਕਰ ਦੋਸਤੋ, ਅਤੇ ਬਹੁਤ ਅੱਛੀ ਮਾਦੀ, ਆਪਣੀ ਮਿਸਾਲ ਆਪ ਹੈ ਮਾਦੀ ਜਾਨੋ ਸ਼ਹਿਰ ਦੇ, ਮਾਸ਼ਾਅੱਲਾ ਕੜੀਆਂ ਵਾਲੇ ਸ਼ਹਿਰ 'ਚ ਬੜੀ ਮਸ਼ਹੂਰ ਮਾਦੀ ਰਹੀ ਹੈ, ਅਤੇ ਕਿਉਂ ਨਾ ਹੋਵੇ ਜੀ, ਮਾਸ਼ਾਅੱਲਾ ਬੜੀ ਅੱਛੀ ਪਰਿਵਾਰ, ਬੜਾ ਅੱਛੀ ਜਿਸਮ, ਔਰ ਹਰ ਚੀਜ਼ ਕਿਸੇ ਤਾਰਫ ਦੀ ਮੁਹਤਾਜ ਨਹੀਂ ਹੈ ਮਾਦੀ ਮਾਸ਼ਾਅੱਲਾ। ਸਰ ਜਾਨੂ ਭਾਈ, ਇਹ ਮਾਦੀ ਜਿਹੜੀ ਤੁਹਾਡੇ ਆਪਣੇ ਘਰ ਦੀ ਬਰੀਡ ਹੈ? ਕਿਆ ਮਾਸ਼ਾਅੱਲਾ, ਬਟੇਰਾ ਅਤੇ ਰਾਮਪੁਰੀ। ਅੱਛਾ ਰਮੀਤ ਭਾਈ, ਮਾਸ਼ਾਅੱਲਾ ਕਬੂਤਰ ਹੈ ਲਗੜ ਤੋਂ ਜ਼ਖਮੀ, ਤੁਹਾਡੇ ਜਿੰਨਾ ਲਗੜ ਤਾਂ ਤੁਹਾਡਾ ਵਾਹ ਪੈਂਦਾ, ਮੇਰੇ ਖਿਆਲ ਕਿਸੇ ਦਾ ਨਹੀਂ ਪੈਂਦਾ ਹੋਏਗਾ, ਕਬੂਤਰ ਨੂੰ ਲਗੜ ਜ਼ਖਮੀ ਕਰ ਗਿਆ, ਉਹਨੂੰ ਬਚਾਉਣ ਦਾ ਕਿਸ ਤਰ੍ਹਾਂ ਤਰੀਕਾ ਹੈ? ਸਿਰਫ ਜ਼ਿਆਦਾਤਰ ਤਾਂ ਲੋਕ ਟਾਂਕੇ ਲਾ ਦਿੰਦੇ ਨੇ, ਟਾਂਕੇ ਸਿਰਫ ਲਾਉਣੇ ਚਾਹੀਦੇ ਨੇ ਪੋਲ 'ਤੇ, ਅਗਰ ਪੋਲ ਫਾੜ ਦੇ। ਵੈਸੇ ਕਬੂਤਰ ਨੂੰ ਟਾਂਕਾ ਨਹੀਂ ਲਾਉਣਾ ਚਾਹੀਦਾ, ਪਾਇਓਡੀਨ ਲਾ ਦਿਓ ਤੁਸੀਂ, ਮੈਂ ਤਾਂ ਪਾਇਓਡੀਨ ਹੀ ਹੁਣ ਯੂਜ਼ ਕਰਨਾ, ਕਬੂਤਰ ਠੀਕ ਹੋ ਜਾਂਦਾ। ਕੁਦਰਤੀ ਇਹਦੇ ਜਿਸਮ ਦੇ ਵਿੱਚ ਹੈ, ਇਹ ਕੁਝ ਅੱਲਾ ਦੀ ਤਰਫੋਂ ਕਿ ਆਪਣਾ ਜਿਸਮ ਜਿਹੜਾ ਹੈ ਨਾ ਆਪੇ ਹੀ ਪੂਰਾ ਕਰ ਲੈਂਦਾ। ਬੜੀ ਗੱਲ, ਟਾਂਕਾ ਅਗਰ ਇੱਥੇ ਕਿਤੇ ਟਾਂਕੇ ਨਾ ਲਾਓ, ਟਾਂਕਾ ਸਿਰਫ ਪੋਲ 'ਤੇ ਲਾਉਣਾ ਚਾਹੀਦਾ। ਬੜੀ ਗੱਲ, ਬੜੀ ਗੱਲ। ਅਤੇ ਰਾਤ ਦੇ ਲਾਉਣ ਦੀ ਇੱਕ ਥੀਵਰੀ ਜਨਾਬ ਸਾਡੀ ਤੀ ਛੱਤ ਬਾਹਰ ਵਾਲੀ ਕਹਿ ਲਓ ਕਿ ਇੱਕ ਵਾਰੀ ਨਾ ਸਾਡਾ ਇੱਕ ਕਬੂਤਰ ਬਾਜ਼ੀ 'ਚ ਰਾਤ ਰਹਿ ਗਿਆ, ਅਤੇ ਸਾਡੇ ਕੋਲ ਪਿੱਛੋਂ ਨਾ ਕੋਈ ਅੱਛਾ ਕਬੂਤਰ ਨਾ
ਵਿੱਚ ਕੋਈ ਨਹੀਂ ਸੀ ਹੈ ਵੀ ਜਿਹੜਾ ਹੁਣ ਅਗਲੀ ਬਾਜ਼ੀ 'ਚ ਪਾਈਏ ਅਤੇ ਉਹ ਹੀ ਕਬੂਤਰ ਸੀ ਸਾਡੇ ਕੋਲ। ਫਿਰ ਕਬੂਤਰ ਘੱਟ ਗਿਆ ਅਤੇ ਜਿਸ ਟਾਈਮ ਵਾਰੀ ਆਈ ਤਾਂ ਮੈਂ ਕਿਹਾ ਯਾਰ ਰਾਤੀ ਕੋਈ ਨਹੀਂ ਬਹਿੰਦਾ। ਨਾਮ ਕਹਿੰਦਾ ਯਾਰ ਟਰਾਈ ਕਰਨਿਆਂ ਨੂੰ ਰਾਤ 'ਤੇ ਲਾਈ ਆ। ਮੈਂ ਕਿਹਾ ਪਰਸੋਂ ਬਾਜ਼ੀ 'ਚ ਪਾਉਣਾ ਅਤੇ ਅੱਜ ਤੂੰ ਰਾਤ 'ਤੇ ਕਿਸ ਤਰ੍ਹਾਂ ਲਾਉਣਾ? ਕਹਿੰਦਾ ਟਰਾਈ ਕਰਨਿਆਂ। ਮੈਂ ਕਿਹਾ ਚਲੋ ਕਰ ਲਓ ਟਰਾਈ, ਕੀ ਕਰਨੀ ਜਾਂਦਾ ਕਬੂਤਰ ਦੇ। ਕਬੂਤਰ ਲੈ ਕੇ ਚਲਾ ਗਿਆ। ਜਾ ਕੇ ਜਨਾਬ ਇੱਥੋਂ ਨਾ ਉਹ ਸਾਹਮਣਾ ਪਿੰਡ ਬੱਤੀਆਂ ਜਿਹੜੀਆਂ ਬਲਦੀਆਂ ਨੇ ਪੀਆਂ, ਨਹੀਂ ਨਜ਼ਰ ਨਹੀਂ ਆਇਆ ਮੋਬਾਈਲ 'ਚ ਜਿਹੜਾ ਮੈਂ ਆਪਣੀ ਇਕੱਲੀ ਛੱਤ ਦਾ ਫਾਇਦਾ ਵੇਖਿਆ ਜੇ, ਜਿਹੜਾ ਇਕੱਲੀ ਛੱਤ ਦਾ ਹੈ ਵਾਕਈ ਫਾਇਦਾ ਹੈ ਜੇ ਜਿਹੜਾ ਮੈਂ ਦੱਸਣ ਲੱਗਾ। ਬਾਕੀ ਜਿਹੜੇ ਪੱਕੇ ਹਨੇਰੇ ਦੇ ਕਰਨੇ ਨੇ ਉਹ ਵੀ ਟ੍ਰੇਨਿੰਗ ਨਾਲ ਹੀ ਕਰਦੇ ਨੇ, ਤਾਂ ਇਕੱਲੀ ਛੱਤ ਉਹਨੇ ਨਾ ਉਹ ਉੱਥੋਂ ਜਾ ਕੇ ਨਾ ਕਿੰਨੇ ਕਿਲੋਮੀਟਰ ਦੀ ਰੇਂਜ? ਕਿਲੋਮੀਟਰ ਨਹੀਂ, ਤਕਰੀਬਨ ਜੰਗਲ ਦੇ ਐਂਡ ਤੇ ਬੰਨ ਜਾਂਦਾ ਅੱਧਾ ਕੁ ਕਿਲੋਮੀਟਰ ਦੀ। ਕਿੰਨਾ ਕਿਲੋ? ਅੱਧਾ ਕੁ ਕਿਲੋਮੀਟਰ। ਅੱਧਾ ਕੁ ਕਿਲੋਮੀਟਰ, ਠੀਕ ਹੈ। ਉੱਥੋਂ ਜਾ ਕੇ ਨਾ ਉਹ ਕਬੂਤਰ ਛੱਡ ਦਿੱਤਾ। ਹਨੇਰੇ ਦਾ ਵੀ ਕੋਈ ਨਹੀਂ ਸੀ ਲੱਗਿਆ ਅਤੇ ਬਲਦੀਆਂ ਸੀ। ਉਹ ਤਿੰਨਾਂ ਚੋਂ ਪੰਜਾਂ ਮਿੰਟਾਂ ਬਾਅਦ ਦੇਖਿਆ ਤਾਂ ਅਸੀਂ ਇੱਥੇ ਆ ਗਿਆ। ਆ ਕੇ ਉਹ ਫਿਰਨ ਲੱਗ ਪਿਆ, ਫਿਰ ਕੇ ਉਹ ਬਹਿ ਗਿਆ। ਕਹਿੰਦਾ ਸੁਬਹਾ ਬਾਜ਼ੀ 'ਚ ਪਾ ਸੜੀ। ਮੈਂ ਕਿਹਾ ਐਂ ਹੁਣ ਛੱਡੇ ਆ ਅਤੇ ਸੁਬਹਾ ਦਾ ਉੱਡ ਕੇ ਰਾਤ 'ਚ ਨਾਮ ਬੜਾ ਫਰਕ ਪੈ ਜਾਣੀ। ਉਹਨੇ ਆਖਿਆ ਇਹਦੀ ਗਰੰਟੀ ਮੇਰੀ ਤੂੰ ਮੈਨੂੰ ਬਾਜ਼ੀ 'ਚ ਪਾ ਦੇ, ਰਾਤ ਨਹੀਂ ਰਹਿਣਾ। ਤੇ ਪਿੱਛੇ ਕਬੂਤਰ ਵੀ ਕੋਈ ਨਾ, ਜ਼ੇਨ ਮੁਤਮਿਨ ਉਂਝ ਕੋਈ ਨਾ ਆਇਆ। ਫਿਰ ਅਸੀਂ ਆਖਿਆ ਪਾ ਹੀ ਦਈਏ, ਜਾਣ ਦਿਓ ਉਸਨੂੰ ਜਾਈਏ। ਭਾਅ ਜੀ ਠੁੱਕ ਕੇ ਰਾਤੀ ਹਨੇਰੇ 'ਚ ਬਹਿ ਗਿਆ ਅਤੇ ਅਸੀਂ 7 ਟੂਰਨਾਮੈਂਟ ਜਿੱਤ ਗਏ। ਉਸ ਤੋਂ ਬਾਅਦ ਜਿਹੜਾ ਸਾਡਾ ਕਬੂਤਰ ਰਾਤ ਰਵੇ ਨਾ, ਦੂਜੇ ਦਿਨ ਅਸੀਂ ਉਹਦੇ ਨਾਲ ਹੀ ਕਸਮ ਕਰਦੇ ਹਨੇਰੇ 'ਚ ਉੱਡ ਕੇ ਘਰ ਆ। ਤਕਰੀਬਨ ਇਕੱਲੀ ਛੱਤ ਦਾ ਫਾਇਦਾ ਜੇ ਉਹ ਬੰਦੇ ਕਰਨ ਜਿਨ੍ਹਾਂ ਦੀ ਛੱਤ ਸਾਡੇ ਯਾਰ ਇਕੱਲੀ ਹੈ, ਜੰਗਲਾਂ ਦੀ ਛੱਤ ਦੂਰ ਦੂਰ ਤੱਕ ਸ਼ਹਿਰ ਵਾਲਾ ਫੜ ਕੇ ਲੈ ਕੇ ਜਾ ਕੇ ਚੜੇ ਤੇ ਫਿਰ ਮੈਨੂੰ ਕੁਛ ਨਹੀਂ ਆ ਨਾ, ਜਿਨ੍ਹਾਂ ਦੀ ਛੱਤ ਹੈ ਸਾਡੇ ਯਾਰ ਇਕੱਲੀ ਉਹ ਇਸ ਤਰ੍ਹਾਂ ਕਰ ਲਈ। ਕੀ ਬਾਤ ਹੈ, ਲੋਹ ਦੀ ਬੜੀ ਅੱਛੀ ਥਿਊਰੀ ਦਿੱਤੀ ਤੇ ਰਮੇਸ਼ ਬਾਈ ਨੇ। ਰਮੇਸ਼ ਬਾਈ ਇੱਕ ਲੱਗੜ ਤੋਂ ਗੱਲ ਹੋ ਰਹੀ ਸੀ ਅਤੇ ਤੁਹਾਡੇ ਮਤਲਬ ਔਨ ਬਾਜ਼ੀਆਂ ਵੀ ਬਾਜ਼ੀਆਂ ਤੋਂ ਪਹਿਲੇ ਵੀ ਲੱਗੜ ਬੜਾ ਨੁਕਸਾਨ ਕਰਦਾ। ਤੁਹਾਡੀ ਜਿਹੜੀ ਕਬੂਤਰਾਂ ਦੀ ਸਿਲੈਕਸ਼ਨ ਹੋਈ ਅਕਸਰ ਤਾਂ ਲੋਕ ਕਰਦੇ ਹੋਣੇ 10 ਜਾਂ 20-25, ਤੁਸੀਂ ਕਿਸ ਤਰ੍ਹਾਂ ਕਬੂਤਰ ਮੇਨਟੇਨ ਕਰਦੇ ਹੋ, ਸਿਲੈਕਸ਼ਨ ਕਰਦੇ ਹੋ, ਕਿਸ ਤਰ੍ਹਾਂ ਗੇਮ ਨੂੰ ਚਲਾਉਂਦੇ ਹੋ? ਅਸੀਂ ਜਦੋਂ ਬੱਚੇ ਗਜਾਉਣੇ ਸ਼ੁਰੂ ਕਰਨੇ ਆ ਨਾ ਜੀ, ਯਾਨੀ ਕਿ ਅਸੀਂ 50 ਬੱਚਾ ਜਿਹੜਾ ਨਾ 50 ਬੱਚਾ ਗਜਾਉਣ ਦਾ ਸਾਡਾ ਇਰਾਦਾ ਹੈ। 50 ਬੱਚਾ ਅੱਗੇ ਖੜਨਾ ਤਾਂ ਅਸੀਂ 100 ਬੱਚਾ ਪਾਉਂਦੇ ਹਾਂ। 50 ਬੱਚਾ ਜਿਹੜਾ ਅਸੀਂ ਆਪਣੇ ਜ਼ਿਹਨ ਦੇ ਮੁਤਾਬਕ ਜਿਹੜਾ ਨਾ ਉਹ ਲਗੜ ਬੈਠ ਦਾ ਪਹਿਲੇ ਮਿੱਥੇ ਆਉਂਦਾ। ਹਾਏ 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 ਹਾਏ, ਬੜੀ ਵੱਡੀ ਜਿਗਰਾ ਕਰਨਾ ਪੈਂਦਾ ਮੇਰਾ ਖਿਆਲ ਹੈ। ਇਸ ਤਰ੍ਹਾਂ ਹੀ ਅਸੀਂ ਜਿਸ ਟਾਈਮ ਹੁਣ ਮਾਸ਼ਾਅੱਲਾ ਕਬੂਤਰ ਬੜੇ ਅੱਛੇ ਨੇ ਮੇਰੇ ਕੋਲ, ਗਿੱਜੇ ਵੀ ਨੇ ਇਹਨਾਂ ਦੇ ਵਿੱਚ। ਜਿਹੜਾ ਬੜਾ ਭੈੜਾ ਕਬੂਤਰ ਵੀ ਹੋਵੇਗਾ ਉਹ ਵੀ 5-6 ਘੰਟੇ ਤਾਂ ਲਾਉਂਦਾ ਹੀ ਹੈ, ਜਿਹੜਾ ਬਿਲਕੁਲ ਮੇਲ ਲਵੇਗਾ। ਅਤੇ ਫਿਰ ਸਾਨੂੰ ਇੰਨੇ ਪੱਟਣ ਦੀ ਜ਼ਰੂਰਤ ਨਹੀਂ, ਇੰਨੇ ਤਾਂ ਹੀ ਪੱਟੀ ਦੇ ਨੇ। ਫਿਰ ਅਸੀਂ ਤਕਰੀਬਨ ਯਾਨੀ ਕਿ ਕਹਿ ਲਓ ਕਿ ਜਦੋਂ ਖੁਰਾਕ ਸ਼ੁਰੂ ਕਰਨੀ ਹੈ 30-40 ਤੋਂ ਖੁਰਾਕ ਸ਼ੁਰੂ ਕਰੀ ਦੀ, ਘੱਟ ਤੋਂ ਘੱਟ 40 ਕਬੂਤਰਾਂ ਨੂੰ ਤੁਸੀਂ ਖੁਰਾਕ ਸ਼ੁਰੂ ਕਰਦੇ ਹੋ ਲਾਜ਼ਮ। ਫਿਰ ਜਦੋਂ ਬਾਜ਼ੀ ਦੇ ਕਰੀਬ ਆ ਜਾਓ ਤੁਸੀਂ, ਮਤਲਬ ਬਾਜ਼ੀ ਦੇ ਇੱਕ ਹਫ਼ਤਾ ਪਹਿਲੇ, ਉਹ 40 ਕਬੂਤਰਾਂ ਜੋ ਕਿਤੇ ਨਾ ਕੋਈ ਮਿਸ ਹੁੰਦੇ ਨੇ ਲਗੜ ਲੁਗੜ ਦੀ ਵਜ੍ਹਾ ਨਾਲ, ਲਗੜ ਲੁਗੜ ਦੀ ਵਜ੍ਹਾ ਤੋਂ ਹੀ ਹੋਣੇ ਨੇ ਜਿਹੜੇ ਮਿਸ ਹੋਣੇ ਨੇ ਵੈਸੇ ਨਹੀਂ। ਔਨ ਬਾਜ਼ੀ ਤੋਂ ਇੱਕ ਦਿਨ ਪਹਿਲੇ ਤੁਹਾਡੇ ਕੋਲ ਕਿੰਨੇ ਥੋੜ੍ਹਾ ਜਿਹਾ ਜਿਸ ਟਾਈਮ ਤੁਸੀਂ ਮਤਲਬ ਕਿ ਕਬੂਤਰਾਂ ਨੂੰ ਖੁਰਾਕ ਰੂਪ ਉੱਤੇ ਲਾ ਲੈਂਦੇ ਹੋ, ਜਿਸ ਟਾਈਮ ਰੈਡੀ ਹੋ ਜਾਂਦੇ ਨੇ ਨਾ, ਫਿਰ ਉਹ ਵੀ ਥੋੜ੍ਹਾ ਬਹੁਤ ਲਗੜ ਬੈਰ ਨਾਲ ਭੁਲਾਉਂਦੇ, ਮਤਲਬ ਮਾਹਰ ਹੋ ਜਾਂਦੇ ਨੇ, ਮਤਲਬ ਲੜ ਲੈਂਦੇ ਨੇ ਲਗੜ ਨਾਲ, ਘਰ ਆਉਣਾ ਸਿੱਖ ਜਾਂਦੇ ਨੇ।